ਬਾਈਬਲ ਕਲਾਂ ਕੋਟਕਪੁਰਾ ਕਾਂਡ ਦੀ ਸੁਣਵਾਈ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਹੈ। 5 ਫਰਵਰੀ ਦੀ ਤਰੀਕ ਪਾਈ ਗਈ ਆ, 5 ਫਰਵਰੀ ਨੂੰ ਦੁਬਾਰਾ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ। ਫਰੀਦਕੋਟ ਅਦਾਲਤ ਦੇ ਵਿੱਚ ਅਗਲੀ ਤਰੀਕ ਪਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸੁਣਵਾਈ ਦੌਰਾਨ ਆਮ ਆਦਮੀ ਪਾਰਟੀ ਦੇ MLA ਅਤੇ SIT ਦੇ ਪ੍ਰਧਾਨ ਰਹੇ ਕੁੰਵਰ ਵਿਜੇ ਪ੍ਰਤਾਪ ਵੀ ਪਹੁੰਚੇ ਸਨ। ਉਹਨਾਂ ਨੇ ਉੱਥੇ ਪਹੁੰਚ ਕੇ ਆਪਣੀ ਹੀ ਪਾਰਟੀ ਦੇ ਖਿਲਾਫ ਕਈ ਗੱਲਾਂ ਕੀਤੀਆਂ ਨੇ। ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਪਹਿਲਾਂ ਵੀ ਆਪਣੀ ਪਾਰਟੀ ਦੇ ਹੀ ਵਿਰੁੱਧ ਬੋਲਦੇ ਦਿਖਾਈ ਦਿੱਤੇ ਰਹੇ ਨੇ। ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪਾਰਟੀ ਦੇ ਉੱਤੇ ਇਲਜ਼ਾਮ ਮੜਦੇ ਨਜ਼ਰ ਆਉਂਦੇ ਰਹੇ ਨੇ ਕੁੰਵਰ ਵਿਜੇ ਪ੍ਰਤਾਪ, ਪਰ ਹੁਣ ਦੁਬਾਰਾ ਇਹੋ ਜਿਹਾ ਹਾਲਾਤ ਬਣਦੇ ਨਜ਼ਰ ਆ ਰਹੇ ਨੇ। ਦਰਅਸਲ ਅਦਾਲਤ ਦੇ ਅੰਦਰ ਜਿੱਥੇ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਅਤੇ ਪਰਮਰਾਜ ਉਮਰਾ ਨੰਗਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਹੁੰਦੇ ਨੇ, ਉਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਵਕੀਲ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਆ ਕਿ ਜਦੋਂ ਇਹ ਸਾਰਾ ਕੁਝ ਹੋਇਆ ਸੀ ਉਸ ਵੇਲੇ ਉਹਨਾਂ ਦੇ ਮੁਕਿਲ ਸੁਖਬੀਰ ਸਿੰਘ ਬਾਦਲ ਨਾ ਕੋਟਕਪੁਰਾ ਵਿੱਚ ਸੀ ਨਾ ਬਾਈਬਲ ਕਲਾਂ ਦੇ ਵਿੱਚ ਸੀ, ਉੱਥੇ ਮੌਜੂਦ ਹੀ ਨਹੀਂ ਸੀ, ਅਤੇ ਇਸ ਵਾਸਤੇ ਉਹਨਾਂ ਨੂੰ ਇਹਨਾਂ ਇਲਜ਼ਾਮਾਂ ਦੇ ਵਿੱਚੋਂ ਅਤੇ ਇਸ ਕੇਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ, ਉਹਨਾਂ ਨੂੰ ਇਸ ਤੋਂ ਰਾਹਤ ਦੇਣੀ ਚਾਹੀਦੀ ਆ। ਪਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਇਹ ਸਾਰਾ ਕੁਝ ਅੰਦਰ ਕੋਰਟ ਦੇ ਅੰਦਰ ਚੱਲਦਾ ਰਿਹਾ, ਉੱਥੇ ਹੀ ਜਿਹੜੀ ਤਰੀਕ ਹੈ ਉਹ ਅਗਲੀ 5 ਫਰਵਰੀ ਦੀ ਪਾ ਦਿੱਤੀ ਗਈ ਹੈ। ਯਾਨੀ ਕਿ ਇਸ ਮਾਮਲੇ ਦੀ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਜਿੱਥੇ ਇੱਕ ਪਾਸੇ ਪਹਿਲਾਂ ਇਹ ਚਰਚਾਵਾਂ ਹੋ ਰਹੀਆਂ ਸੀ ਕਿ ਹੁਣ ਟ੍ਰਾਇਲ ਹੋ ਸਕੇਗਾ, ਹੁਣ ਅਦਾਲਤਾਂ ਦੇ ਵਿੱਚ ਚੰਗੀ ਤਰ੍ਹਾਂ ਟ੍ਰਾਇਲ ਕੀਤਾ ਜਾ ਸਕੇਗਾ ਅਤੇ ਇੱਕ ਪਾਸੇ ਇਹ ਕੇਸ ਲੱਗਦਾ ਨਜ਼ਰ ਆਵੇਗਾ, ਉੱਥੇ ਹੁਣ ਦੁਬਾਰਾ ਇਹਨਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨਜ਼ਰ ਆਉਣ ਲੱਗੀਆਂ ਨੇ। ਉਸੇ ਦੇ ਚੱਲਦੇ ਜੇ ਗੱਲ ਕਰੀਏ ਇਸ ਅਦਾਲਤ ਦੇ ਬਾਹਰ ਦੀ, ਤਾਂ ਕੁੰਵਰ ਵਿਜੇ ਪ੍ਰਤਾਪ ਵੀ ਇੱਥੇ ਮੌਜੂਦ ਰਹੇ ਸਨ, ਹਾਲਾਂਕਿ ਅਦਾਲਤ ਦੇ ਅੰਦਰ ਨਹੀਂ ਜਾਂਦੇ ਪਰ ਬਾਹਰ ਰਹਿ ਕੇ ਵੱਡੇ ਬਿਆਨ ਦਿੰਦੇ ਨਜ਼ਰ ਆਉਂਦੇ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਇਸ ਮਾਮਲੇ ਦੇ ਜਿਹੜੇ ਗਵਾਹ ਨੇ ਉਹ ਮੁਲਜ਼ਮਾਂ ਦੇ ਨਾਲ ਮਿਲ ਗਏ ਨੇ ਔਰ ਇਸ ਮਾਮਲੇ ਨੂੰ ਹੁਣ ਕਮਜ਼ੋਰ ਕਰਦੇ ਨਜ਼ਰ ਆ ਰਹੇ ਨੇ, ਆਪਣੀ ਹੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਪਏ ਨੇ ਕਿ ਅਜੇ ਤੱਕ ਇਨਸਾਫ਼ ਜਿਹੜਾ ਉਹ ਨਹੀਂ ਦਵਾ ਸਕੇ ਜਿਸ ਚੀਜ਼ ਦਾ ਵਾਅਦਾ ਕੀਤਾ ਗਿਆ ਸੀ। ਕੁੰਵਰ ਵਿਜੇ ਪ੍ਰਤਾਪ ਆਖਿਰਕਾਰ ਕੀ ਬੋਲੇ ਨੇ, ਆਓ ਸੁਣ ਲੈਂਦੇ। ਦੇਖੋ ਇਹ ਲੜਾਈ ਹੈ, ਇੱਕ ਜੰਗ ਹੈ ਔਰ ਜੰਗ ਨੂੰ ਜੰਗ ਦੀ ਤਰ੍ਹਾਂ ਲੜਨਾ ਚਾਹੀਦਾ ਹੈ। ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ, ਜਦੋਂ ਇਨਵੈਸਟੀਗੇਸ਼ਨ ਕਰਦਾ ਸੀ, ਉਦੋਂ ਵੀ ਅਸੀਂ ਜੰਗ ਦੀ ਤਰ੍ਹਾਂ ਹੀ ਲੜਦੇ ਸੀ, ਕਿਉਂਕਿ ਇਹ ਕੋਈ ਸਧਾਰਨ ਕੇਸ ਨਹੀਂ। ਜਾਂ ਤਾਂ ਕੋਈ ਕਹਿ ਦੇਵੇ ਕਿ ਬੇਅਦਬੀ ਹੋਈ ਹੀ ਨਹੀਂ ਗੁਰਜਵਾਹਰ ਸਿੰਘ ਵਾਲਾ ਦੇ ਵਿੱਚ, ਬਰਗਾੜੀ ਦੇ ਵਿੱਚ, ਜਾਂ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਜੋ ਬੇਅਦਬੀ ਹੋਈ, ਜਾਂ ਤਾਂ ਡਿਕਲੇਅਰ ਕਰ ਦਿਉ ਕਿ ਕੋਈ ਬੇਅਦਬੀ ਹੋਈ ਹੀ ਨਹੀਂ, ਕਹਿ ਦਿਉ ਕਿ ਹਾਂ ਕੋਟਕਪੂਰਾ ਦੇ ਵਿੱਚ ਜਾਂ ਬਾਬਲ ਕਲਾਂ ਦੇ ਵਿੱਚ ਕੋਈ ਗੋਲੀ ਕਾਂਡ ਹੀ ਨਹੀਂ ਹੋਇਆ, ਕਹਿ ਦਿਉ। ਫਿਰ ਪੰਜਾਬ ਦੀ ਜਨਤਾ ਹੈ, ਆਵਾਮ ਹੈ, ਆਵਾਮ ਨੇ ਜੋ ਕਰਨਾ ਹੈ ਉਹ ਆਵਾਮ ਆਪਣਾ ਕਰਦੇ ਰਹਿਣਗੇ। ਲੇਕਿਨ ਜੋ ਸਾਡੀ ਜ਼ਿੰਮੇਵਾਰੀ ਹੈ, ਬੇਸ਼ੱਕ ਮੈਂ ਸਰਵਿਸ ਛੱਡ ਦਿੱਤੀ, ਲੇਕਿਨ ਇਸ ਕੇਸ ਨੂੰ ਸਿਰੇ ਤੱਕ ਲੈ ਕੇ ਜਾਣਾ, ਜਿੰਨੀ ਤਾਕਤ ਪਰਮਾਤਮਾ ਨੇ ਦਿੱਤੀ ਹੈ ਉਨੀ ਤਾਕਤ ਇਸਤੇਮਾਲ ਕਰਨੀ ਹੈ ਔਰ ਕੇਸ ਨੂੰ ਸਿਰੇ ਤੱਕ ਲੈ ਕੇ ਜਾਣਾ ਹੈ। ਔਰ ਇਹ ਜੰਗ ਵੀ ਅਸੀਂ ਜੰਗ ਦੀ ਤਰ੍ਹਾਂ ਲੜ ਰਹੇ ਹਾਂ, ਚਾਹੇ ਕਾਨੂੰਨੀ ਪੱਖ ਦੇ ਨਾਲ ਹੋਵੇ, ਚਾਹੇ ਹੁਣ ਇਸ ਮਸਲੇ ਨੂੰ ਪੋਲੀਟੀਕਲ ਬਣਾ ਦਿੱਤਾ ਗਿਆ। ਸ਼ੁਰੂਆਤ ਤੋਂ ਹੀ ਸਾਨੂੰ ਉਮੀਦ ਸੀਗੀ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਇਹ ਮਸਲਾ ਪੋਲੀਟੀਕਲ ਨਹੀਂ ਰਹੇਗਾ, ਪ੍ਰੋਫੈਸ਼ਨਲੀ ਡੀਲ ਕੀਤਾ ਜਾਊਗਾ। ਲੇਕਿਨ ਜੋ ਰਾਜਨੀਤੀ ਪਹਿਲਾਂ ਤੋਂ ਚੱਲਦੀ ਆਈ ਹੈ, ਅੱਜ ਵੀ ਉਹੀ ਰਾਜਨੀਤੀ ਚੱਲ ਰਹੀ ਹੈ, ਤਾਂ ਅਸੀਂ ਪੋਲੀਟੀਕਲ ਤੌਰ 'ਤੇ ਵੀ ਲੜਾਈ ਲੜਨ ਵਾਸਤੇ ਤਿਆਰ, ਰਾਜਨੀਤਿਕ ਤੌਰ 'ਤੇ ਵੀ ਲੜਾਈ ਲੜਨ ਵਾਸਤੇ ਤਿਆਰ ਹਾਂ। ਲੇਕਿਨ ਮੈਂ ਵਾਰ ਵਾਰ ਬੋਲਦਾ ਹਾਂ ਕਿ ਇਸ ਮਸਲੇ ਨੂੰ ਰਾਜਨੀਤੀ ਤੋਂ ਪਰੇ ਰੱਖਿਆ ਜਾਵੇ, ਰਾਜਨੀਤੀ ਤੋਂ ਦੂਰ ਰੱਖਿਆ ਜਾਵੇ। ਜੋ ਵਿਅਕਤੀ ਇਸ ਮਸਲੇ ਦੇ ਨਾਲ ਰਾਜਨੀਤੀ ਕਰੇਗਾ, ਇਸ ਦੇ ਵਿੱਚ ਰਾਜਨੀਤੀ ਕਰੇਗਾ, ਉਸਦਾ ਇਨਸਾਫ ਜਵਾਬ ਦੇਖੋ ਪਰਮਾਤਮਾ ਨੇ ਕਰਨਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ। ਚਾਹੇ ਜਿੰਨੀ ਵਾਰੀ ਡੇਟ ਪਵੇ, ਜੋ ਵੀ ਹੋਵੇ, ਕੋਈ ਮੋਰਚੇ ਵਾਲਾ ਹੋਵੇ, ਕੋਈ ਕਿਸੇ ਦੇ ਨਾਲ ਕੰਪਰੋਮਾਈਜ਼ ਹੋ ਜਾਵੇ, ਲੇਕਿਨ ਸਾਡੀ ਲੜਾਈ ਸਾਡੀ ਜੰਗ ਜਾਵੇ। ਮੋਰਚਾ ਜਿਹੜਾ ਚੱਕਿਆ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਜੀ? ਜਿਹੜਾ ਮੋਰਚਾ ਚੱਕਿਆ ਗਿਆ ਉਹਨੂੰ ਕਿਸ ਤਰ੍ਹਾਂ? ਦੇਖੋ ਹੁਣ ਤਾਂ ਮੋਰਚਾ ਸੀਗਾ ਨਹੀਂ, ਤੁਹਾਨੂੰ ਵੀ ਪਤਾ ਹੈ ਕਿ ਮੋਰਚਾ ਸੀਗਾ ਨਹੀਂ। ਉਹ ਤਾਂ ਮੋਰਚਾ ਚੱਕਣ ਦਾ ਇੱਕ, ਚਲੋ ਜੋ ਵੀ ਇੱਕ ਬਣਾਇਆ ਗਿਆ, ਮੋਰਚਾ ਤਾਂ ਬਹੁਤ ਪਹਿਲਾਂ ਖਤਮ ਹੋ ਗਿਆ ਸੀਗਾ।
ਮੇਰਾ ਸਰਕਾਰ ਦੇ ਨਾਲ ਜਾਂ ਪਾਰਟੀ ਦੇ ਨਾਲ ਕੋਈ ਵਿਰੋਧ ਨਹੀਂ ਹੈ। ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਜੇਕਰ ਅਸੀਂ ਇਨਸਾਫ਼ ਦੇਵਾਂਗੇ ਤਾਂ ਹੀ ਲੋਕਾਂ ਦੇ ਸਾਹਮਣੇ ਜਾਵਾਂਗੇ। ਜੇਕਰ ਅਸੀਂ ਇਨਸਾਫ਼ ਦੇ ਹੀ ਨਹੀਂ ਸਕਦੇ ਤਾਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗੇ, ਸਾਡੀ ਪਾਰਟੀ ਕੀ ਮੂੰਹ ਦਿਖਾਊਗੀ। ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਕਿ ਜੋ ਵਾਅਦੇ ਕਰਕੇ ਅਸੀਂ ਆਏ ਹਾਂ ਉਸ ਵਾਅਦੇ ਨੂੰ ਪੂਰਾ ਕਰੀਏ। ਦੂਸਰੀ ਗੱਲ ਇਹ ਕਿ ਦੇਖੋ, ਮੈਂ ਜਦੋਂ ਐਲਾਨ ਕਰ ਦਿੱਤਾ ਕਿ ਹੁਣ ਇਨਸਾਫ਼ ਨਹੀਂ ਹੋ ਸਕਦਾ, 14 ਅਕਤੂਬਰ 2022 ਨੂੰ ਜਦੋਂ ਬਹਿਬਲ ਕਲਾਂ ਦੇ ਵਿੱਚ ਆਇਆ ਸੀ, ਤਾਂ ਮੈਂ ਐਲਾਨ ਕੀਤਾ, ਕੁਛ ਸੋਚ ਸਮਝ ਕੇ ਕੀਤਾ। ਪਹਿਲਾਂ ਪੁਲਿਸ ਅਫਸਰ ਮੈਂ ਸੀ, ਹੁਣ ਮੈਂ ਐਡਵੋਕੇਟ ਹਾਂ। ਮੈਂ ਸਾਰਾ ਲੀਗਲ ਸਿਸਟਮ ਨੂੰ ਵੇਖ ਰਿਹਾ ਹਾਂ ਕਿ ਕਿਸ ਤਰੀਕੇ ਦੇ ਨਾਲ ਲੀਗਲ ਸਿਸਟਮ ਚੱਲ ਰਿਹਾ ਹੈ। ਲੇਕਿਨ ਜੋ ਲੀਗਲ ਸਿਸਟਮ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ, ਸਾਰਾ ਕੁਛ ਵੇਖ ਕੇ ਮੈਂ ਕਿਹਾ ਨਾ ਕਿ ਇਨਸਾਫ਼ ਨਹੀਂ ਹੋ ਸਕਦਾ। ਇਨਸਾਫ਼ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋਣਾ ਹੈ ਔਰ ਉੱਥੋਂ ਹੀ ਹੋਣਾ ਔਰ ਹੋ ਵੀ ਰਿਹਾ ਹੈ। ਜਦ ਸਮਝਣ ਦੀ ਲੋੜ ਹੈ ਜੀ, ਹੋ ਵੀ ਰਿਹਾ ਹੈ। ਲੇਕਿਨ ਸਾਡਾ ਜੋ ਮਕਸਦ ਹੈ, ਮੈਂ ਇਹੀ ਚਾਹੁੰਦਾ ਸੀ ਕਿ ਸਾਡੀ ਪਾਰਟੀ ਜਾਂ ਸਾਡੀ ਜੋ ਸਰਕਾਰ ਹੈ ਉਸ ਵੱਲ, ਮਤਲਬ ਪਬਲਿਕ ਨੂੰ ਲੱਗੇ ਕਿ ਸਰਕਾਰ ਪ੍ਰਯਾਸਰਤ ਹੈ, ਸਰਕਾਰ ਪ੍ਰਯਾਸਰਤ ਹੈ ਕਿ ਇਨਸਾਫ਼ ਹੋ ਜਾਵੇ। ਆਪਣਾ ਪ੍ਰਯਾਸ ਕਰਨਾ ਚਾਹੀਦਾ ਹੈ, ਲੇਕਿਨ ਨਿੱਜੀ ਤੌਰ ਤੇ ਮੈਂ ਆਪਣਾ ਪ੍ਰਯਾਸ ਕਰਦਾ ਹਾਂ। ਮੈਂ ਹਰ ਥਾਂ ਤੇ ਜਾਂਦਾ ਹਾਂ, ਚਾਹੇ ਅਸੈਂਬਲੀ ਹੋਵੇ ਉੱਥੇ ਵੀ ਕੋਸ਼ਿਸ਼ ਕਰਦਾ ਹਾਂ, ਚਾਹੇ ਮੌਕਾ ਮਿਲਦਾ ਹੈ ਨਹੀਂ ਮਿਲਦਾ ਹੈ, ਜਿੰਨਾ ਵੀ ਮੌਕਾ ਮਿਲਦਾ ਹੈ ਉੱਥੇ ਵੀ ਬੋਲਦਾ ਹਾਂ। ਦਰਜਾ ਬਦਰਜਾ ਮੈਂ ਅਫਸਰਾਂ ਦੇ ਕੋਲ ਵੀ ਜਾਂਦਾ ਹਾਂ, ਉਹਨਾਂ ਦੇ ਨਾਲ ਡਿਸਕਸ ਕਰਦਾ ਹਾਂ। ਮੁੱਖ ਮੰਤਰੀ ਸਾਹਿਬ ਜੋ ਜਿਨ੍ਹਾਂ ਦੇ ਕੋਲ ਗ੍ਰਹਿ ਮਹਿਕਮਾ ਹੈ, ਉਹਨਾਂ ਦੇ ਨਾਲ ਵੀ ਮੈਂ ਡਿਸਕਸ ਕਰਦਾ ਹਾਂ। ਆਖਰੀ ਸਾਡੀ ਮੁਲਾਕਾਤ 28 ਨਵੰਬਰ ਨੂੰ ਹੋਈ ਸੀਗੀ ਮੁੱਖ ਮੰਤਰੀ ਸਾਹਿਬ ਦੇ ਨਾਲ, ਕਾਫੀ 1.5-2 ਘੰਟੇ ਤੱਕ ਇਸ ਸੰਬੰਧ ਦੇ ਵਿੱਚ ਗੱਲਬਾਤ ਹੋਈ ਸੀਗੀ। ਤੇ ਮੈਂ ਤਾਂ ਹਮੇਸ਼ਾ ਪ੍ਰਯਾਸਰਤ ਰਹਿੰਦਾ ਕਿ ਸਾਡੀ ਪਾਰਟੀ ਮਜ਼ਬੂਤ ਹੋਵੇ, ਸਾਡੀ ਸਰਕਾਰ ਮਜ਼ਬੂਤ ਹੋਵੇ। ਜੋ ਵਾਅਦਾ ਮੈਂ ਹੀ ਕਰਕੇ ਆਇਆ ਸੀ ਜੀ, ਫੋਟੋ ਮੇਰੇ ਹੀ ਲਗਾਏ ਗਏ ਸੀ, ਨਹੀਂ ਸੁਣਦੇ। ਔਰ ਮੈਂ ਮਤਲਬ ਦੇਖੋ, ਜੋ ਕੁਛ ਬੋਲ ਕੇ ਆਇਆ ਮੈਂ ਅੱਜ ਉਸੇ ਸਟੈਂਡ ਤੇ ਔਰ ਮੇਰਾ ਵਹੀ ਸਟੈਂਡ ਰਹੇਗਾ ਜੀ ਹਮੇਸ਼ਾ। ਸਰ ਇੱਕ ਲਿਖਿਆ ਹੈਗਾ ਕਿ ਮੁੱਖ ਮੰਤਰੀ ਦੇ ਪੀਏ ਵੀ ਤੁਹਾਡਾ ਫੋਨ ਨਹੀਂ ਚੱਕਦੇ। ਨਹੀਂ ਦੇਖੋ, ਜੋ ਮੈਂ ਲਿਖਤਾ ਸੱਚਾਈ ਲਿਖੀ ਹੋਈ ਹੈ ਜੀ, ਉਹਦੇ ਉੱਤੇ ਕੋਈ ਮਤਲਬ ਮੈਂ ਆਰਗੂਮੈਂਟ ਕੋਈ ਡਿਬੇਟ ਨਹੀਂ ਕਰਾਂਗਾ। ਉਹ ਸੱਚਾਈ ਹੈ, ਇੱਕ ਵਰਡ ਜੋ ਹੈ ਸੱਚਾਈ ਹੈ। ਬਾਕੀ ਅਸੀਂ ਫਿਰ ਨੈਕਸਟ ਡੇਟ ਤੇ ਤੁਹਾਨੂੰ ਮਿਲਾਂਗੇ। ਸਰ ਇੱਕ ਲਾਸਟ ਵਾਲਾ, ਸੁਖਰਾਜ ਸਿੰਘ ਵੱਲੋਂ ਜਦੋਂ ਕਿਹਾ ਗਿਆ ਸੀ, ਮੈਂ ਉਹਨਾਂ ਦੇ ਬਾਰੇ ਕੁਝ ਅੱਜ ਨਹੀਂ ਬੋਲਾਂਗਾ। ਸਰ ਬਿਆਨ ਦੀ ਜਿਹੜੀ ਗੱਲ ਸੀ ਨਾ, ਜੋ ਬਿਆਨ ਬਾਰ ਬਾਰ ਬੋਲਦਾ ਹਾਂ ਜੀ, ਇੱਕ ਡਿਸੀਜਨ ਦੇ ਪਿਤਾ ਜੀ ਇੱਥੇ ਵੀ ਖੜੇ ਹੋਏ ਸਰਦਾਰ ਸਾਧ ਸਿੰਘ ਜੀ, ਠੀਕ ਹੈ, ਇਹਨਾਂ ਦਾ ਵੀ ਬਿਆਨ ਹੈ, ਤੁਸੀਂ ਇਹਨਾਂ ਦਾ ਵੀ ਬਿਆਨ ਲਓ। ਇਹਨਾਂ ਦਾ ਬਿਆਨ ਕੀ ਹੈ ਕਿ ਇਹਨਾਂ ਨੂੰ ਵੀ ਕਨਫਿਊਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਨੇ ਕੋਈ ਡੀਲ ਨਹੀਂ। ਤੇ ਮੈਂ ਕਿਸੇ ਦੇ ਖਿਲਾਫ਼ ਕੋਈ ਆਰੋਪ ਇਸ ਵੇਲੇ ਨਹੀਂ ਲਗਾਉਂਦਾ। ਇਹਨਾਂ ਦੇ ਉੱਤੇ ਦਬਾਅ ਹੈ ਨਾ ਜੀ, ਮੈਂ ਬਾਰ ਬਾਰ ਇੱਕੋ ਚੀਜ਼ ਬੋਲਦਾ ਹਾਂ ਕਿ ਉਹ ਇੱਕ ਨਾ ਇੱਕ ਦਿਨ ਦਬਾਅ ਮੁਕਤ ਹੋਣਗੇ, ਦੇਖ ਦਬਾਅ ਮੁਕਤ ਹੋ ਕੇ ਆਪੇ ਦੱਸਣਗੇ। ਇਨਸਾਫ਼ ਤੋਂ ਉੱਪਰ ਹੋਣਾ ਹੈ। ਅੱਜ ਚਾਰਜ ਫ੍ਰੇਮ ਸਾਹਿਬ ਨੂੰ ਲੈ ਕੇ ਬਹਿਸ ਹੋਈ ਹੈ। ਨਹੀਂ ਦੇਖੋ, ਜੋ ਬਹਿਸ ਹੋਈ ਹੈ ਉਸ ਦੇ ਉੱਤੇ ਮੈਂ ਕੋਈ ਅੱਜ ਕੋਈ ਕਿੰਤੂ ਪਰੰਤੂ ਕੋਈ ਟਿੱਪਣੀ ਮੈਂ ਨਹੀਂ ਕਰਾਂਗਾ। ਇਹ ਜੁਡੀਸ਼ੀਅਲ ਪ੍ਰੋਸੈਸ ਹੈ, ਇਹ ਜੁਡੀਸ਼ੀਅਲ ਪ੍ਰੋਸੈਸ ਦੇ ਬਾਰੇ ਅਸੀਂ ਕੋਈ ਡਿਸਕਸ਼ਨ ਨਹੀਂ ਕਰਾਂਗੇ। ਜੋ ਕੋਰਟ ਕਚਹਿਰੀ ਦਾ ਜਿਸ ਤਰੀਕੇ ਦੇ ਨਾਲ ਹੈ, ਅਸੀਂ ਵੀ ਚੁੱਕੇ ਉਹਦੇ ਵਿੱਚ ਪਾਰਟੀ ਹਾਂ ਔਰ ਇੱਕ ਪਾਰਟੀ ਦੇ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋਗਾ ਉਹ ਸੰਵਿਧਾਨਿਕ ਤੌਰ ਤੇ ਲੀਗਲ ਪ੍ਰੋਸੀਜਰ ਦੇ ਨਾਲ ਅਸੀਂ ਕੋਰਟ ਦੀ ਸਹਾਇਤਾ ਕਰਾਂਗੇ ਔਰ ਸਾਡਾ ਇਹੀ ਮਕਸਦ ਹੈ ਕਿ ਇਨਸਾਫ਼ ਹੋਵੇ। ਥੈਂਕ ਯੂ ਵੈਰੀ ਮਚ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।